ਡੈਸਟੀਨੇਸ਼ਨ ਵੈਟਿੰਗ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਵਿੱਚ ਕਮੀਆਂ ਦੀਆਂ ਸ਼ਿਕਾਇਤਾਂ ਲਗਾਤਾਰ ਸ਼੍ਰੀ ਕਲਤਖ ਸਹਿਬ ਨੂੰ ਪ੍ਰਾਪਤ ਹੋਈਆਂ ਸਨ ਜਿਸ ਦੇ ਚਲਦਿਆਂ ਪਿਛਲੇ ਦਿਨੀ ਪੰਜ ਸਿੰਘ ਸਹਿਬਾਨ ਦੀ ਬੈਠਕ ਤੋਂ ਬਾਅਦ ਜਾਰੀ ਹੁਕਮਨਾਮੇ ਅਨੁਸਾਰ ਸਮੁੰਦਰਾਂਕੰਡੇ ਬੀਚ ਅਤੇ ਰਿਜ਼ੋਰਟਾਂ ਵਿੱਚ ਹੋਣ ਵਾਲੇ ਵਿਆਹ ਸਮਾਗਮਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਫੈਸਲੇ ਤੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ ਬ੍ਰੈਂਪਟਨ ਦੇ ਗੁਰਦੁਆਰਾ ਗੁਰਨਾਕ ਮਿਸ਼ਨ ਸੈਂਟਰ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਸਭ ਤੋਂ ਪਹਿਲਾਂ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਅਨੁਸਾਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆਨੰਦ ਕਾਜ ਹੋਣਾ ਚਾਹੀਦਾ ਕਿਉਂਕਿ ਜੇਕਰ ਆਪਾਂ ਦੁਨਿਆਵੀ ਤੌਰ ਤੇ ਗੱਲ ਕਰੀਏ ਜੇ ਕਿਸੇ ਜੱਜ ਦਾ ਫੈਸਲਾ ਸੁਣਨਾ ਤੇ ਆਪਾਂ ਕੋਰਟ ਦੇ ਵਿੱਚ ਜਾਂਦੇ ਹਾਂ ਨਾ ਕਿ ਆਪਾਂ ਜੱਜ ਨੂੰ ਜਿੱਥੇ ਚਾਹੀਏ ਉੱਥੇ ਸੱਦ ਕੇ ਫੈਸਲਾ ਸੁਣਦੇ ਹਾਂ ਸੋ ਗੁਰੂ ਸਾਹਿਬ ਸਾਡੇ ਲਈ ਇੱਕ ਸੁਪਰੀਮ ਨੇ ਅਸੀਂ ਉਹਨਾਂ ਦੀ ਰਹਿਮ ਨਿਆਂ ਦੇ ਵਿੱਚ ਬੱਚਿਆਂ ਦੇ ਆਨੰਦ ਕਾਜ ਕਰਦੇ ਹਾਂ ਵੀ ਜਿੱਥੇ ਮਰਜ਼ੀ ਆ ਪੰਚ ਸਰੂਪ ਨੂੰ ਲੈ ਜਾਈਏ ਉੱਥੇ ਹੀ ਪਰ ਇਹ ਕੁਝ ਵੀਰ ਆਪਣੇ ਘਰਾਂ ਦੇ ਵਿੱਚ ਸਰੂਪ ਰੱਖ ਕੇ ਜਾਂ ਕੁਝ ਗੁਰਦੁਆਰਾ ਸਾਹਿਬ ਵੀ ਇਦਾਂ ਕਰ ਰਹੇ ਸੀ ਸੋ ਇਹ ਬਹੁਤ ਵੱਡਾ ਫੈਸਲਾ ਸਿੱਖੋਂ ਨੂੰ ਇਹਦੇ ਤੇ ਮਾਨ ਹੋਣਾ ਚਾਹੀਦਾ ਤੇ ਇਹਦਾ ਸਾਰਿਆਂ ਨੂੰ ਸਾਨੂੰ ਹੁਕਮ ਨੂੰ ਹੁਕਮ ਜੋ ਆਇਆ ਹੈ ਇਹਦੇ ਉੱਤੇ ਬਿਲਕੁਲ ਪਹਿਰਾ ਦੇਣਾ ਚਾਹੀਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਰਦੇਵ ਸਿੰਘ ਮੁਤਾਬਕ ਇਸ ਪਾਬੰਦੀ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਅਤੇ ਸਰਵਉੱਚਤਾ ਬਰਕਰਾਰ ਰੱਖਣਾ ਹੈ ਉਹਨਾਂ ਡੈਸਟੀਨੇਸ਼ਨ ਵੈਡਿੰਗ ਦੌਰਾਨ ਕੁਰਬਾਨੀ ਦੇ ਸਤਕਾਰ ਦੀ ਘਾਟ ਦੇ ਕਈ ਪੱਖਾਂ ਜੇ ਕੀਤੇ ਬਹੁਤ ਚੀਜ਼ਾਂ ਦੰਦੀਆਂ ਨਹੀਂ ਪਹਿਲੀਆਂ ਤਾਂ ਜਿੱਥੋਂ ਇੱਥੋਂ ਤੋਂ ਕਿਸੇ ਵੀ ਗੁਰਦੁਆਰਾ ਸਾਹਿਬ ਜਾਂ ਕਿਸੇ ਦੇ ਘਰੋਂ ਸਰੂਪ ਜਾਂਦਾ ਹੈ ਰਾਹ ਦੇ ਵਿੱਚ ਆਪਾਂ ਲੈ ਕੇ ਜਾਂਦੇ ਆ ਕੌਣ ਲੈ ਕੇ ਜਾਂਦਾ ਕੀ ਮਰਿਆਦਾ ਹੈ ਉਹਨੂੰ ਫਿਰ ਮੰਨ ਲਓ ਕਿਤੇ ਆਨੰਦ ਕਾਰਜ ਹੋ ਰਿਹਾ ਜੇ ਮੀ ਆ ਗਿਆ ਤੇ ਲੋਕ ਤਾਂ ਆਪਣੇ ਪੋਰਟ ਬੈਂਟ ਬਚਾਉਂਦੇ ਅਸੀਂ ਬਹੁਤ ਜਗ੍ਹਾ ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਸੀ ਵੀ ਮਹਾਰਾਜਾ ਸਰੂਪ ਜੋ ਹੈ ਕਾਰ ਦੇ ਵਿੱਚ ਜਾਂ ਕਿੱਥੇ ਕਿਦਾਂ ਦੇ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਗਏ ਕਿੱਦਾਂ ਦੀ ਜਗ੍ਹਾ ਹੈ ਪਿੱਛੇ ਵੀ ਮਤਲਬ ਹੁਕਮਨਾਮਾ ਜਦੇਦਾਰ ਭਾਈ ਸਾਹਿਬਾ ਰਣਜੀਤ ਸਿੰਘ ਨੇ ਵੀ ਜਦੋਂ ਚਿਹਰਾ ਆਲਾ ਕੀਤਾ ਇਹੋ ਹੀ ਫੈਸਲਾ ਉਦੋਂ ਸੀਗਾ ਕਿਉਂਕਿ ਸਾਡਾ ਫਰਜ਼ ਬਣਦਾ ਹੈ ਤੇ ਸਭ ਤੋਂ ਪਹਿਲਾਂ ਜੀਐਸਡੀ ਖੁਸ਼ੀ ਜਿਹਦੇ ਕੋਲੋਂ ਖੁਸ਼ੀਆਂ ਲੈਣੀਆਂ ਨੇ ਉਹਦਾ ਜੇਕਰ ਅਸੀਂ ਮਤਲਬ ਇਹ ਆ ਕਿ ਹੁਣ ਤਾਂ ਅਸੀਂ ਬਿਆਮਾ ਨੂੰ ਇਦਾਂ ਬਣਾ ਲਿਆ ਕਿ ਗੁਰੂ ਸਾਹਿਬ ਜਿੱਦਾਂ ਸਾਨੂੰ ਨਹੀਂ ਗੁਰੂ ਸਾਹਿਬ ਨੂੰ ਸਾਡੀ ਲੋੜ ਹੈ ਕਿ ਜਿੱਥੇ ਮਰਜੀ ਲੈ ਜਾਓ ਜਿਸ ਬੀਜ ਦੇ ਉੱਤੇ ਮਰਜੀ ਬੀਜ ਦੇ ਉੱਤੇ ਕੀ ਮਰਿਆਦਾ ਕੀ ਸਪਾਈ ਕੀ ਸਪਾਈ ਨਹੀਂ ਹੈਗੀ ਥੱਲੇ ਜੋ ਬਿਛਾਇਆ ਜਾਂ ਉੱਤੇ ਜੋ ਚਾਨਣੀਆਂ ਲਾਈਆਂ ਉਹ ਕੀ ਨੇ ਇਸ ਕਰਕੇ ਹਰ ਇੱਕ ਚੀਜ਼ ਨੂੰ ਮਤਲਬ ਮੁੱਖ ਰੱਖਦੇ ਹਾਂ ਜੋ ਇਹ ਫੈਸਲਾ ਹੈ ਬਿਲਕੁਲ ਇਹੋ ਸਲਾਗਾਯੋਗ ਹੈ ਇਸ ਤੋਂ ਇਲਾਵਾ ਅਸੀਂ ਇਸ ਫੈਸਲੇ ਬਾਰੇ ਸਿੱਖ ਪ੍ਰਚਾਰਕ ਹਰਜੀਤ ਸਿੰਘ ਟਪਾਲੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਇਸ ਫੈਸਲੇ ਨੂੰ ਸਾਰਥਕ ਦੱਸਿਆ ਜਿਹੜੀ ਹੁਣ ਇਸ ਅਕਾਲ ਤਖਤ ਸਾਹਿਬ ਵੱਲੋਂ ਹੁਣ ਫੈਸਲਾ ਆਇਆ ਉਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਕਾਰ ਬਹਾਲੀ ਲਈ ਇੱਕ ਬੜੀ ਕਹਿ ਲੋ ਵੀ ਸੋਹਣਾ ਉਦਮ ਆ ਬਹੁਤੀ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣੀ ਨਿੱਜ ਦੀ ਜਿਹੜੀ ਸੋਚ ਹੁੰਦੀ ਆ ਉਹਨੂੰ ਆਜ਼ਾਦੀ ਦੇ ਨਾਂ ਤੇ ਥੋਪਣ ਲਈ ਮਨਮਰਜ਼ੀਆਂ ਕਰਨ ਲੱਗ ਜਾਂਦੇ ਆ ਗੁਰੂ ਸਾਹਿਬ ਦੇ ਦਰ ਦੀ ਇੱਕ ਮਰਜ਼ਾਦਾ ਗੁਰੂ ਸਾਹਿਬ ਸਾਡੇ ਲਈ ਸਰਮੌਰ ਨੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠੇ ਹਾਂ ਉਸੋਹੀ ਹੈ ਸਭਨਾ ਦਾ ਵਿਸ਼ਾ ਜਦੋਂ ਪਾਤਸ਼ਾਹ ਸਾਡੇ ਸਿਰ ਸ਼ਾਹਾਂ ਦੇ ਸ਼ਾਹ ਨੇ ਤਾਂ ਉਸ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਗਵਾਈ ਚ ਸਾਡੀ ਜ਼ਿੰਦਗੀ ਦਾ ਉਹ ਕਾਰਜ ਹੋਣਾ ਜਿਹਨੂੰ ਗੁਰੂ ਸਾਹਿਬ ਜੀ ਨੇ ਆਨੰਦ ਕਾਰਜ ਕਿਹਾ ਫਿਰ ਜਿੱਥੇ ਆਨੰਦ ਕਾਰਜ ਹੋਣਾ ਘਟੋ ਘਟੋ ਤੁ ਕੀ ਗੰਦ ਕਾਰਜ ਤਾਂ ਚਾਹੀਦਾ ਨਹੀਂ ਨਾ ਫਿਰ ਉਹ ਤਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਉਸ ਜਗ੍ਹਾ ਦੀ ਉਸ ਬਾਰੀ ਤੌਰ ਤੇ ਵੀ ਉਹਦੀ ਪਵਿੱਤਰਤਾ ਬਾਰੀ ਤੌਰ ਤੇ ਵੀ ਉਹਦੇ ਜਿਹੜੇ ਗੁਰਮਤ ਦੇ ਸਿਧਾਂਤ ਆ ਸਾਡੇ ਜਾਨ ਸਾਡੀ ਇੱਕ ਸਿੱਖੀ ਰੋਹ ਰੀਤ ਆ ਉਹ ਉੱਥੇ ਲਾਗੂ ਹੋਣੀ ਚਾਹੀਦੀ ਆ ਨਵੀਂ ਸਿੱਖ ਪੀੜੀ ਇਸ ਹੁਕਮ ਨੂੰ ਕਿਸ ਤਰ੍ਹਾਂ ਸਮਝੇਗੀ ਖਾਸ ਤੌਰ ਤੇ ਨਵੀਂ ਪੀੜੀ ਦਾ ਉਹ ਹਿੱਸਾ ਜੋ ਡੈਸਟੀਨੇਸ਼ਨ ਵੈਡਿੰਗ ਨੂੰ ਆਪਣੀ ਜ਼ਿੰਦਗੀ ਦੇ ਇੱਕ ਖਾਸ ਸੁਪਨੇ ਵਜੋਂ ਦੇਖਦਾ ਹੈ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਸਿੱਖ ਬਲਾਰਿਆਂ ਨੇ ਕਿਹਾ ਦੇਖੋ ਜੀ ਬੱਚਿਆਂ ਨੂੰ ਸਭ ਤੋਂ ਪਹਿਲਾਂ ਆਪਣੇ ਘਰਾਂ ਚ ਹੀ ਅਸੀਂ ਗਾਈਡ ਕਰੀਏ ਦੱਸੀਏ ਕਿ ਅਸੀਂ ਕੌਣ ਹਣਾ ਵੀ ਸਿੱਖ ਹਾਂ ਤੇ ਜਦੋਂ ਸਾਨੂੰ ਸਾਡੇ ਬੱਚਿਆਂ ਨੂੰ ਇਹ ਇਸ ਗੱਲ ਦਾ ਪਤਾ ਲੱਗ ਗਿਆ ਕਿ ਅਸੀਂ ਸਿੱਖ ਹਾਂ ਤੇ ਸਾਡੇ ਸਿਧਾਂਤ ਕੀ ਆ ਮਰਜ਼ਾਦਾ ਕੀ ਆ ਜਦੋਂ ਉਸ ਗੱਲ ਦਾ ਪਤਾ ਲੱਗ ਗਿਆ ਫਿਰ ਸਾਨੂੰ ਇਹ ਇੱਕ ਮਤਲਬ ਕਿ ਜਿਹੜਾ ਦੋਹੋ ਰੂਹਾਂ ਦਾ ਮੇਲ ਇੱਕ ਪਵਿੱਤਰ ਨਾਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਤੀ ਪਤਨੀ ਬਣਨ ਜਾ ਰਹੇ ਆ ਇਹ ਕੋਈ ਇਕੱਲਾ ਐਂਟਰਟੇਨਮੈਂਟ ਦਾ ਸਾਧਨ ਨਹੀਂ ਜਾਂ ਕੋਈ ਸਰੀਰ ਕਮੇਲ ਦੀ ਖੇਡ ਨਹੀਂ ਹੈ ਏਕ ਜੋਤ ਦੁਏ ਮੂਰਤੀ ਧਨਪਿਰ ਕਹਿੰਿਆ ਸੋਈ ਦੀ ਗੱਲ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਹ ਜਦੋਂ ਗੱਲ ਸਮਝ ਆ ਗਈ ਉਹ ਮਰਜ਼ਾਦਾ ਸਮਝ ਚ ਆ ਗਈ ਜਦੋਂ ਉਸ ਤਤ ਨੂੰ ਸਮਝ ਲਿਆ ਸੀ ਤੇ ਉਹਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ ਹਨ ਜਿਵੇਂ ਗੁਰਬਾਣੀ ਨੇ ਕਹੇ ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ ਆਪਣੇ ਆਪ ਤੋਂ ਗੱਲ ਸ਼ੁਰੂ ਕਰਨੀ ਪੈਣੀ ਹੈ ਘਰ ਤੋਂ ਗੱਲ ਸ਼ੁਰੂ ਹੋਵੇ ਇਥੇ ਜਿਕਰੇ ਖਾਸ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦੇ ਪੰਜ ਤਖਤਾਂ ਵਿੱਚੋਂ ਸਰਵਉੱਚ ਤਖਤ ਹੈ ਜਿਸ ਦੀ ਸਥਾਪਨਾ ਸ਼ੇਮੇ ਸਿੱਖ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਧਰਮ ਦੀ ਰਹਿਨੁਮਾਈ ਕਰ ਰਿਹਾ ਹੈ ਅਤੇ ਇਸ ਤਖਤ ਦਾ ਹੁਕਮ ਪੂਰੀ ਦੁਨੀਆ ਵਿੱਚ ਵਸਦੀ ਸਿੱਖ ਕੌਮ ਵੱਲੋਂ ਖੇੜੇ ਮੱਥੇ ਪ੍ਰਵਾਨ ਕੀਤਾ ਜਾਂਦਾ ਹੈ ਗੁਰ ਗੋਬਿੰਦ ਸਿੰਘ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਬ੍ਰੈਂਪਟਨ